ਸਿਰਫ ਤਿੰਨ ਚੀਜ਼ਾਂ ਭਿਉਂ ਕੇ ਖਾ ਲਓ, ਤੁਹਾਡੇ ਸਰੀਰ ਦੇ 80% ਰੋਗ ਠੀਕ ਹੋ ਜਾਣਗੇ। ਵਾਤ, ਪਿੱਤ ਅਤੇ ਕਫ ਹਮੇਸ਼ਾ ਕੰਟਰੋਲ ਰਹੇਗਾ। ਜੇ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ, ਤੁਰਨ ਫਿਰਨ ਵਿੱਚ ਦਿੱਕਤ ਹੁੰਦੀ ਹੈ, ਦਿਲ ਦੀ ਕੋਈ ਸਮੱਸਿਆ ਹੈ, ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜਾਂ ਫਿਰ ਡਾਇਬੀਟੀਜ਼ ਦੀ ਸਮੱਸਿਆ ਹੈ, ਇਸ ਤੋਂ ਇਲਾਵਾ ਨਸਾਂ ਵਿੱਚ ਕੋਲੈਸਟਰੋਲ ਜੰਮ ਗਿਆ ਹੈ ਅਤੇ ਬਲੱਡ ਸਰਕੂਲੇਸ਼ਨ ਸਹੀ ਨਹੀਂ ਹੈ, ਤਾਂ ਇਹ ਤਿੰਨ ਚੀਜ਼ਾਂ ਜ਼ਰੂਰ ਲਓ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਤਿੰਨ ਚੀਜ਼ਾਂ ਬਾਰੇ ਦੱਸਾਂਗੇ ਜੋ ਬਹੁਤ ਹੀ ਜ਼ਿਆਦਾ ਪਾਵਰਫੁੱਲ ਹਨ ਅਤੇ ਇਹਨਾਂ ਸਮੱਸਿਆਵਾਂ ਵਿੱਚ ਉਹਨਾਂ ਦਾ ਜ਼ਰੂਰ ਸੇਵਨ ਕਰੋ। ਜੇ ਤੁਸੀਂ ਇਹਨਾਂ ਚੀਜ਼ਾਂ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ 80% ਰੋਗ ਬਿਲਕੁਲ ਠੀਕ ਹੋ ਜਾਣਗੇ। ਚਾਹੇ ਕਿੰਨਾ ਵੀ ਪੁਰਾਣਾ ਜੋੜਾਂ ਦਾ ਦਰਦ ਹੈ ਜਾਂ ਫਿਰ ਨਸਾਂ ਵਿੱਚ ਕੋਈ ਸਮੱਸਿਆ ਹੈ, ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਹ ਤਿੰਨੋਂ ਚੀਜ਼ਾਂ ਵਿੱਚ ਦਵਾਈਆਂ ਵਾਲੇ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਰੀਰ ਦੀ ਹਰ ਬਿਮਾਰੀ ਠੀਕ ਕਰ ਸਕਦੀਆਂ ਹਨ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਅਤੇ ਇਹਨਾਂ ਨੂੰ ਲੈਣਾ ਕਿਸ ਤਰ੍ਹਾਂ ਹੈ। ਇਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਫੇਸਬੁੱਕ ਅਤੇ ਯੂਟਿਊਬ ਚੈਨਲ ਸਿਹਤ ਪੰਜਾਬ ਹੈਲਥ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ। ਸਭ ਤੋਂ ਪਹਿਲੀ ਚੀਜ਼ ਹੈ ਕਲੌਂਜੀ। ਆਯੁਰਵੇਦ ਵਿੱਚ ਕਲੌਂਜੀ ਨੂੰ ਹਰ ਮਰਜ਼ ਦੀ ਦਵਾ ਕਿਹਾ ਗਿਆ ਹੈ। ਇਹ ਲਗਭਗ ਸਾਰੇ ਰੋਗਾਂ ਨੂੰ ਠੀਕ ਕਰ ਸਕਦੀ ਹੈ। ਸਿਰਫ ਇਸ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਆਉਣਾ ਚਾਹੀਦਾ ਹੈ। ਇਸ ਨਾਲ ਦਿਲ ਦੀਆਂ ਸਮੱਸਿਆਵਾਂ, ਕੋਲੈਸਟਰੋਲ, ਡਾਇਬੀਟੀਜ਼ ਅਤੇ ਕੈਂਸਰ ਤੱਕ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ। ਇਸ ਦੇ ਨਾਲ ਨਾਲ ਨਸਾਂ ਦੀ ਬਲੌਕੇਜ, ਜੋੜਾਂ ਦਰਦ ਅਤੇ ਜੋੜਾਂ ਦੀ ਸੋਜ ਨੂੰ ਵੀ ਠੀਕ ਕਰ ਦਿੰਦੀ ਹੈ। ਕਲੌਂਜੀ ਦਾ ਇਸਤੇਮਾਲ ਹਰ ਕਿਸੇ ਨੂੰ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਹੁਣ ਦੂਜੀ ਚੀਜ਼ ਜੋ ਲੈਣੀ ਹੈ ਉਹ ਹੈ ਅਲਸੀ। ਅਲਸੀ ਵੀ ਸਰੀਰ ਲਈ ਇੱਕ ਅੰਮ੍ਰਿਤ ਸਮਾਨ ਹੁੰਦੀ ਹੈ। ਇਹ ਦਿਲ ਸੰਬੰਧੀ ਸਮੱਸਿਆਵਾਂ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ, ਕਿਉਂਕਿ ਇਸ ਵਿੱਚ ਓਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਹਾਜ਼ਮੇ ਦੀਆਂ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ, ਕਿਉਂਕਿ ਇਸ ਵਿੱਚ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਪੇਟ ਸੰਬੰਧੀ ਕੋਈ ਵੀ ਸਮੱਸਿਆ ਹੈ, ਸਰੀਰ ਵਿੱਚ ਮੋਟਾਪਾ ਵੱਧ ਗਿਆ ਹੈ, ਤਾਂ ਅਲਸੀ ਦਾ ਸੇਵਨ ਜ਼ਰੂਰ ਕਰੋ। ਜੇ ਤੁਸੀਂ ਰੋਜ਼ਾਨਾ 1 ਚਮਚ ਅਲਸੀ ਲੈਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕਦੇ ਵੀ ਕੋਲੈਸਟਰੋਲ ਨਹੀਂ ਵਧੇਗਾ, ਚਮੜੀ ਦੇ ਰੋਗ ਅਤੇ ਬਾਲਾਂ ਦੀਆਂ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਮੇਥੀ ਦਾਣਾ। ਮੇਥੀ ਦਾਣਾ ਵੀ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਵਾਤ ਦੇ ਰੋਗਾਂ ਨੂੰ ਠੀਕ ਕਰ ਦਿੰਦਾ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਕਫ ਦੀ ਸਮੱਸਿਆ ਰਹਿੰਦੀ ਹੈ ਜਾਂ ਫਿਰ ਸਰੀਰ ਵਿੱਚ ਸੋਜ ਦੀ ਸਮੱਸਿਆ ਹੈ, ਤਾਂ ਉਹ ਵੀ ਮੇਥੀ ਦਾਣੇ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਇਸ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਪੇਟ ਸੰਬੰਧੀ ਰੋਗ ਵੀ ਠੀਕ ਹੋ ਜਾਂਦੇ ਹਨ। ਜੇ ਤੁਹਾਡੇ ਪੇਟ ਵਿੱਚ ਗੈਸ ਬਣਦੀ ਹੈ ਜਾਂ ਫਿਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਮੇਥੀ ਦਾਣੇ ਦਾ ਸੇਵਨ ਜ਼ਰੂਰ ਕਰੋ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹਨਾਂ ਤਿੰਨੇ ਚੀਜ਼ਾਂ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ਅਤੇ ਕਿਹੜੇ ਲੋਕਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੇ ਲਈ ਸਭ ਤੋਂ ਪਹਿਲਾਂ 1 ਗਿਲਾਸ ਪਾਣੀ ਲਓ। ਉਸ ਵਿੱਚ ਅੱਧਾ ਚਮਚ ਅਲਸੀ, ਅੱਧਾ ਚਮਚ ਕਲੌਂਜੀ ਅਤੇ ਅੱਧਾ ਚਮਚ ਮੇਥੀ ਦਾਣਾ ਲਓ। ਫਿਰ ਇਸ ਨੂੰ ਪੂਰੀ ਰਾਤ ਲਈ ਭਿਉਂ ਕੇ ਰੱਖੋ। ਇਹ ਨੁਸਖਾ ਵਾਤ, ਪਿੱਤ ਅਤੇ ਕਫ ਤਿੰਨਾਂ ਤਰ੍ਹਾਂ ਦੇ ਲੋਕ ਲੈ ਸਕਦੇ ਹਨ, ਕਿਉਂਕਿ ਇਹਨਾਂ ਤਿੰਨਾਂ ਚੀਜ਼ਾਂ ਨੂੰ ਪਾਣੀ ਵਿੱਚ ਭਿਉਣ ਨਾਲ ਇਹਨਾਂ ਦੀ ਤਸੀਰ ਨਾਰਮਲ ਹੋ ਜਾਂਦੀ ਹੈ। ਇਸ ਦੇ ਲਈ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਲਓ ਅਤੇ ਹਲਕਾ ਗਰਮ ਕਰਕੇ ਪੀ ਲਓ। ਫਿਰ ਜੋ ਇਹ ਤਿੰਨੋਂ ਚੀਜ਼ਾਂ ਬਚ ਗਈਆਂ ਹਨ, ਹੁਣ ਇਹਨਾਂ ਨੂੰ ਲੈਣ ਦਾ ਤਰੀਕਾ ਦੱਸਦੇ ਹਾਂ। ਜੇ ਤੁਹਾਡਾ ਸਰੀਰ ਪਿੱਤ ਪ੍ਰਕਿਰਤੀ ਦਾ ਹੈ, ਯਾਨੀ ਕਿ ਗਰਮ ਤਸੀਰ ਦਾ ਹੈ, ਇਹਨਾਂ ਚੀਜ਼ਾਂ ਨੂੰ ਦਹੀਂ ਜਾਂ ਲੱਸੀ ਵਿੱਚ ਮਿਲਾ ਕੇ ਲੈ ਲਓ। ਜੇ ਤੁਹਾਡਾ ਸਰੀਰ ਕਫ ਪ੍ਰਕਿਰਤੀ ਦਾ ਹੈ, ਯਾਨੀ ਕਿ ਖੰਘ ਜ਼ੁਕਾਮ ਬਹੁਤ ਜਲਦ ਹੋ ਜਾਂਦਾ ਹੈ, ਤਾਂ ਇਹਨਾਂ ਚੀਜ਼ਾਂ ਨੂੰ ਸ਼ਹਿਦ ਵਿੱਚ ਮਿਲਾ ਕੇ ਲਓ। ਇਹ ਤਿੰਨੋਂ ਚੀਜ਼ਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ। ਜੇ ਤੁਸੀਂ ਲਗਾਤਾਰ 15 ਦਿਨ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ 80% ਰੋਗ ਬਿਲਕੁਲ ਠੀਕ ਹੋ ਜਾਣਗੇ। ਇਸ ਦਾ 1 ਵਾਰ ਜ਼ਰੂਰ ਸੇਵਨ ਕਰੋ। ਉਮੀਦ ਹੈ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਵੀਡੀਓ ਦੇਖਣ ਲਈ ਧੰਨਵਾਦ।